ਪਾਰਥ ਨਾਨਕ ਮੰਗੈ ਐਸੀ ਅਵਸਥਾ ਸੱਚੇ ਪਾਤਸ਼ਾਹ ਫਿਰ ਬਣਾ ਦਿੰਦੇ ਹਨ ਤਾਂ ਸਿੱਖਾਂ ਦੇ ਵਿੱਚ ਇਸ ਸ਼ਬਦ ਨੂੰ ਰਵੈਤ ਦੇ ਵਿੱਚ ਪਰੰਪਰਾ ਦੇ ਵਿੱਚ ਸੰਪਰਦਾਵਤ ਦੇ ਵਿੱਚ ਚਾਚਰੀ ਛੰਦ ਨੂੰ ਗਾਇਤਰੀ ਮੰਤਰ ਮੰਨਿਆ ਜਾਂਦਾ ਹੈ ਤੋ ਪ੍ਰਸਾਦ ਕਲਗੀਧਰ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕਰਦੇ ਨੇ ਚਾਚਰੀ ਛੰਦ ਅੰਦਰ ਗੋਬਿੰਦੇ ਗੋ ਕਹਿੰਦੇ ਹਨ ਧਰਤੀ ਨੂੰ ਬਿੰਦ ਕਹਿੰਦੇ ਨੇ ਜਾਣਣ ਨੂੰ ਧਰਤੀ ਤੇ ਜਿੰਨੇ ਵੀ ਜੀਵ ਜੰਤੂ ਨੇ ਪਸ਼ੂ ਪੰਛੀ ਨੇ ਮਨੁੱਖ 84 ਲੱਖ ਜੁਨੀ ਹੈ ਸਭਨਾ ਦੇ ਹਾਲਾਤ ਨੂੰ ਬਿੰਦੇ ਜਾਣਣ ਵਾਲਾ ਉਹ ਕੌਣ ਹੈ ਵਾਹਿਗੁਰੂ ਪਰਮੇਸ਼ਰ ਇਸ ਸਾਰਿਆਂ ਦੇ ਦਿਲ ਵਿੱਚ ਕੀ ਚੱਲਦਾ ਪਿਆ ਹੈ ਘਟ-ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਉਹਦੇ ਕੋਲੋਂ ਕੁਝ ਨਹੀਂ ਲੁਕਿਆ ਕੁਝ ਨਹੀਂ ਛਿਪਿਆ ਗੋਗੀ ਧਰਤੀ ਬਿੰਦੇ ਮੈਨੇ ਜਾਣਣਾ ਤਾਂ ਧਰਤੀ ਤੇ ਜਿੰਨੀ ਵੀ ਦੁਨੀਆ ਵੱਸਦੀ ਹੈ ਜੀਵ ਜੰਤੂ ਵੱਸਦੇ ਨੇ ਸਾਬ ਦੇ ਹਿਰਦੇ ਦੀ ਜਾਣਣ ਵਾਲਾ ਕੌਣ ਹੈ ਵਾਹਿਗੁਰੂ ਪਰਮੇਸ਼ਰ ਜੀ ਹਨ ਇਸੇ ਕਰਕੇ ਜਿਹੜੇ ਮਹਾਤਮਾ ਨੇ ਮਹਾਪੁਰਸ਼ ਨੇ ਉਹ ਬੜਾ ਸੁੰਦਰ ਦੱਸਦੇ ਨੇ ਜਿਵੇਂ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਸਰੀਆਲੀ ਸਾਹਿਬ ਵਾਲੇ ਉਹ ਬੜਾ ਸੁੰਦਰ ਵਜਨ ਕਰਦੇ ਹੁੰਦੇ ਸੀ ਕਿ ਜਦੋਂ ਵਾਹਿਗੁਰੂ ਦੇ ਸਰੂਪ ਸਤਿਗੁਰੂ ਜੀ ਅੱਗੇ ਅਰਦਾਸ ਕਰਨੀ ਆ ਤਾਂ ਉਹ ਅਰਦਾਸ ਬੜੀ ਛੋਟੀ ਹੋਣੀ ਚਾਹੀਦੀ ਹੈ ਬੜੀ ਸੂਖਮ ਹੋਣੀ ਚਾਹੀਦੀ ਹੈ ਇਕ ਤਾਂ ਇਹ ਮਹਾਪੁਰਸ਼ ਦੱਸਦੇ ਨੇ ਜਿਨ੍ਹਾਂ ਨੂੰ ਦਰਸ਼ਨ ਹੋਏ ਹੋਣਗੇ ਉਹ ਦੱਸਦੇ ਆ ਵੀ ਮਹਾਰਾਜ ਗੂਠੇ ਦੇ ਭਾਰ ਖਲੋਂਦੇ ਆ ਤੇ ਕਿਸੇ ਗ੍ਰੰਥ ਦੇ ਵਿੱਚ ਇਹੋ ਜਿਹਾ ਜ਼ਿਕਰ ਆਇਆ ਹੋਵੇ ਤਾਂ ਮੇਰੇ ਧਿਆਨ ਦੇ ਵਿੱਚ ਨਹੀਂ ਜੇ ਆਪ ਜੀ ਦੇ ਧਿਆਨ ਵਿੱਚ ਹੋਵੇ ਤੇ ਜ਼ਰੂਰ ਦੱਸਿਓ ਵੀ ਮਹਾਰਾਜ ਜਦੋਂ ਅਰਦਾਸ ਹੁੰਦੀ ਗੂਠੇ ਦੇ ਭਾਰ ਖਲੋਂਦੇ ਆ ਤਾਂ ਇਹਦਾ ਮਹਾਪੁਰਖ ਦੱਸਦੇ ਨੇ ਕਿ ਜਦੋਂ ਅਰਦਾਸ ਹੁੰਦੀ ਤਾਂ ਵਾਹਿਗੁਰੂ ਜੀ ਦੇ ਧਿਆਨ ਦੇ ਵਿੱਚ ਸਤਪੁਰਖ ਮਹਾਪੁਰਖ ਜਿਹੜੇ ਉਹ ਆਪਣੇ ਸਾਡੇ ਸਤਿਗੁਰੂ ਨੇ ਉਹ ਗੂਠੇ ਦੇ ਭਾਰ ਖਲੋਦੇ ਇਸ ਕਰਕੇ ਅਰਦਾਸ ਸੂਖਮ ਹੋਣੀ ਚਾਹੀਦੀ ਬਾਕੀ ਜਿਹੜੇ ਸਰੀਆਲੀ ਵਾਲੇ ਸੰਤ ਸੀ ਉਹ ਇਸ ਤਰ੍ਹਾਂ ਉਹਨਾਂ ਦੇ ਬਚਨ ਜਿਹੜੇ ਸੁਣੇ ਨੇ ਗਾਂ ਤੋਂ ਗਾਂ ਤਾਂ ਕਹਿੰਦੇ ਉਹ ਸਕੈਂਟਾਂ ਦੀ ਖੇਡ ਹੁੰਦੀ ਐ ਮਹਾਰਾਜ ਦੇ ਦਰਸ਼ਨਾਂ ਦੀ ਤਾਂ ਤੁਸੀਂ ਉੱਥੇ ਵਈ ਖਾਤਾ ਖੋਲ ਕੇ ਬਹਿ ਜਾਂਦੇ ਹੋ ਤਾਂ ਕਹਿੰਦੇ ਉੱਥੇ ਕੀ ਮੰਗੋਗੇ ਤੁਸੀਂ ਸਕੈਂਟਾਂ ਦੀ ਖੇਡ ਦੇ ਵਿੱਚ ਤਾਂ ਫਿਰ ਉਹ ਸਿੱਖਾਂ ਨੇ ਸੰਗਤ ਨੇ ਆਖਿਆ ਜੀ ਤੁਸੀਂ ਦੱਸੋ ਤਾਂ ਕਹਿੰਦੇ ਅਸੀਂ ਤਾਂ ਇਹ ਕਹਿੰਨੇ ਹੁੰਨੇ ਮਹਾਰਾਜ ਪੜਦੇ ਢੱਕੋ ਜੋ ਆਪ ਜੀ ਨੂੰ ਪਾਉਂਦਾ ਸੋ ਕਰਾਓ ਮੰਗਣ ਦੀ ਜਾਂਚ ਨਹੀਂ ਆਪ ਹੀ ਕਿਰਪਾ ਕਰੋ ਮੰਮਾ ਮੰਗਨ ਹਾਰ ਈਾਨਾ ਦੇਵਨ ਹਾਰ ਦੇ ਰਹੇ ਸੁਜਾਨਾ ਮੈਂ ਕਿਹਾ ਮੰਗੂ ਕਿਛ ਥਿਰਨਾ ਰਹੀ ਹਰਦੀਜੈ ਨਾਮ ਪਿਆਰੀ ਜੀਓ ਤਾਂ ਕਹਿੰਦੇ ਵੀ ਸਕੈਂਟਾਂ ਦੀ ਖੇਡ ਹੁੰਦੀ ਹੈ ਤਾਂ ਆਪਾਂ ਤੇ ਕਹਿੰਦੇ ਵਹੀ ਖਾਤਾ ਖੋਲ ਕੇ ਬਹਿ ਜਾਂਦੇ ਆ ਕਿ ਬਾਬਾ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆ ਵੀ ਕਰੋ ਉਹ ਵੀ ਕਰੋ ਜੋ ਲੱਗਦੇ ਮੁੱਕਦੇ ਨਹੀਂ ਅਰਦਾਸ ਤਾਂ ਕਹਿੰਦੇ ਗੋਬਿੰਦ ਦਾ ਅਰਥ ਵਿਦਵਾਨ ਕਰਦੇ ਨੇ ਵੀ ਗੋਬਿੰਦੇ ਮੈਨੇ ਗੋ ਮੈਨੇ ਧਰਤੀ ਤੇ ਬਿੰਦੇ ਮੈਨੇ ਜਾਣਣਾ ਇਸ ਧਰਤੀ ਤੇ ਜਿੰਨੇ ਜੀਵ ਨੇ ਨਾ ਸਭ ਦੇ ਦਿਲ ਦੀ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਜਾਂ ਫਿਰ ਗੋਬਿੰਦੇ ਦਾ ਅਰਥ ਮਹਾਪੁਰਸ਼ ਕਰਦੇ ਨੇ ਵੀ ਗੋ ਮੈਨੇ ਵੇਦਾਂ ਕਰਕੇ ਬਿੰਦੇ ਜਾਣਨੇ ਯੋਗ ਕਿਉ ਗੁਰਬਾਣੀ ਦੇ ਵਿੱਚ ਲਿਖਿਆ ਦੀਵਾ ਬਲੇ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ 베ਦ ਗਿਆਨ ਦਾ ਸਰੋਤ ਨੇ ਤਾਂ ਧਾਰਮਿਕ ਗ੍ਰੰਥਾਂ ਤੋਂ ਗਿਆਨ ਪ੍ਰਾਪਤ ਕਰਕੇ ਇਹ ਸੂਝ ਪੈਦਾ ਹੁੰਦੀ ਹੈ ਸਮਝ ਪੈਦਾ ਹੁੰਦੀ ਹੈ ਕਿ ਕੀ ਚੰਗਾ ਹੈ ਤੇ ਕੀ ਮਾੜਾ ਹੈ 마ੜੇ ਦਾ ਤਿਆਗ ਤੇ ਚੰਗੇ ਦਾ ਗ੍ਰਹਿਣ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜਿਓ ਜਿਹੜੀ ਬਾਣੀ ਹੈ ਬ੍ਰਹਮਾ ਜੀ ਦੀ ਉਹ ਕੀ ਵੇਦ ਬ੍ਰਹਮਾ ਜੀ ਦੀ ਮੰਨੀ ਜਾਂਦੀ ਹੈ ਵੈਸੇ ਜਿਹੜਾ ਗਿਆਨ ਹੁੰਦਾ ਹੈ ਇਹਦਾ ਕਰਤਾ ਕਿਸੇ ਨੂੰ ਨਹੀਂ ਮੰਨਿਆ ਜਾਂਦਾ ਹੈ ਦੋ ਤਰ੍ਹਾਂ ਦਾ ਗਿਆਨ ਹੁੰਦਾ ਇੱਕ ਅਨੁਭਵ ਸਰੂਪ ਗਿਆਨ ਤੇ ਇੱਕ ਅਨਭਵ ਜਨ ਗਿਆਨ ਇੱਕ ਤਾਂ ਗਿਆਨ ਸਿੱਧਾ ਹੀ ਪਰਮੇਸ਼ਰ ਨੂੰ ਕਿਹਾ ਜਾਂਦਾ ਆਤਮਾ ਨੂੰ ਕਿਹਾ ਜਾਂਦਾ ਪ੍ਰਮਾਤਮਾ ਨੂੰ ਕਿਹਾ ਜਾਂਦਾ ਵੀ ਇਹ ਗਿਆਨ ਇੱਕ ਹੁੰਦਾ ਮਹਾਪੁਰਖਾਂ ਦੇ ਤਜਰਬੇ ਦੇ ਵਿੱਚੋਂ ਕੋਈ ਚੀਜ਼ ਪ੍ਰਾਪਤ ਹੋਣੀ ਇੱਕ ਅਨਭਵ ਸਰੂਪ ਗਿਆਨ ਇੱਕ ਅਨਭਵ ਤੋਂ ਜਨ ਗਿਆਨ ਪੈਦਾ ਹੋਣ ਵਾਲਾ ਗਿਆ ਜੇ ਕੋਈ ਸ਼ੰਕਾ ਕਰੇ ਵੀ ਗਿਆਨ ਨੂੰ ਕਿੰਨੇ ਪੈਦਾ ਕੀਤਾ ਹੁਣ ਸਾਡੇ ਸਿੱਖ ਧਰਮ ਦੇ ਵਿੱਚ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਪੂਤ ਲਗਾਓ ਅਲਪਹਾਰ ਸੁਲਭ ਸੀ ਨਿਦਰਾ ਇਹ ਜਿੰਨਾ ਉਪਦੇਸ਼ ਹੈ ਮਹਾਰਾਜ ਦਾ ਜੇ ਆਪਾਂ ਗਿਆਨ ਦਾ ਰਚਨਹਾਰ ਈਸ਼ਵਰ ਨੂੰ ਵੀ ਮੰਨ ਲਈਏ ਨਾ ਤਾਂ ਬੜੀ ਗੜਬੜ ਹੋ ਜਾਵੇਗੀ ਇਸ ਕਰਕੇ ਗਿਆਨ ਕੀ ਆਪ ਹੀ ਈਸ਼ਵਰ ਗਿਆਨ ਕੀ ਆਪ ਹੀ ਪਰਮਾਤਮਾ ਹੈ ਗਿਆਨ ਕੀ ਆਪ ਹੀ ਗੁਰੂ ਹੈ ਗੁਰੂ ਕਹਿ ਲੋ ਗਿਆਨ ਕਹਿ ਲੋ ਇਸੇ ਕਰਕੇ ਮਹਾਰਾਜ ਨੇ ਆਖਿਆ ਨਾ ਸਤ ਗੁਰ ਪ੍ਰਸਾਦ ਇੱਕ ਓੰਕਾਰ ਉਹ ਸਤ ਵੀ ਹੈ ਤੇ ਗੁਰ ਵੀ ਹੈ ਤੇ ਪ੍ਰਸਾਦ ਵੀ ਹੈ ਗੁਰ ਮੈਂ ਗਿਆਨ ਸਰੂਪ ਚੇਤਨ ਸਰੂਪ ਤਾਂ ਜੇ ਕੋਈ ਕਵੇ ਜੇ ਕਿਸੇ ਨੂੰ ਸਵਾਲ ਕੀਤਾ ਜਾਵੇ ਵੀ ਗਿਆਨ ਕਿੰਨੇ ਪੈਦਾ ਕੀਤਾ ਦੱਸ ਦੁਨੀਆ 'ਚ ਤਾਂ ਜੇ ਕੋਈ ਭਲੇਖੇ ਨਾ ਵੀ ਕਹਿ ਗਿਆ ਨਾ ਵੀ ਈਸ਼ਵਰ ਨੇ ਕੀਤਾ ਹੈ ਤਾਂ ਫਾਸ ਉਹਨੇ ਵੀ ਜਾਣਾ ਜੇ ਇਹ ਨੂੰ ਪੁੱਛੀਏ ਵੀ ਈਸ਼ਵਰ ਨੇ ਗਿਆਨ ਬਣਾਇਆ ਤਾਂ ਫਿਰ ਪ੍ਰਸ਼ਨ ਉੜਦਾ ਵੀ ਈਸ਼ਵਰ ਨੇ ਗਿਆਨ ਨੂੰ ਕਿਸ ਤਰ੍ਹਾਂ ਬਣਾਇਆ ਕਿ ਗਿਆਨ ਤੋਂ ਪਹਿਲਾਂ ਈਸ਼ਵਰ ਗਿਆਨੀ ਸੀ ਕਿ ਅਗਿਆਨੀ ਸੀ ਤਾ ਜਵਾਬ ਕੀ ਆਵੇਗਾ ਵੀ ਜੇ ਗਿਆਨ ਬਣਾਉਣ ਤੋਂ ਪਹਿਲਾਂ ਈਸ਼ਵਰ ਗਿਆਨੀ ਸੀ ਤਾਂ ਇਹਦਾ ਮਤਲਬ ਗਿਆਨ ਪਹਿਲਾਂ ਹੀ ਸੀ ਜਿਸ ਕਰਕੇ ਗਿਆਨੀ ਸੀ ਤੇ ਈਸ਼ਵਰ ਅਗਿਆਨੀ ਵਾਲੀ ਗੱਲ ਤੇ ਬਣਦੀ ਨਹੀਂ ਇਸ ਕਰਕੇ ਧਾਰਮਿਕ ਗ੍ਰੰਥਾਂ ਵਿੱਚ ਗਿਆਨ ਨੂੰ ਹੀ ਪ੍ਰਮਾਤਮਾ ਕਹਤਾ ਹੈ ਅਨੁਭਵ ਸਰੂਪ ਗਿਆਨ ਨੂੰ ਦੂਸਰਾ ਜਿਹੜਾ ਗਿਆਨ ਸੰਸਾਰ ਦੇ ਵਿੱਚ ਇਹ ਤਾਂ ਅਨਪਵ ਜਨ ਗਿਆਨ ਹੈ ਤਾਂ ਜਿਹੜਾ ਅਨੁਭਵ ਸਰੂਪ ਗਿਆਨ ਉਹਨੂੰ ਮਹਾਰਾਜ ਨੇ ਗੁਰੂ ਵੀ ਕਿਹਾ ਹੈ ਪਰਮਾਤਮਾ ਵੀ ਕਿਹਾ ਹੈ ਤੇ ਵਾਹਿਗੁਰੂ ਦੇ ਲੱਛਣ ਵੀ ਉਹਦੇ ਵਿੱਚ ਕੀਤੇ ਗਏ ਨੇ ਤਾਂ